ਸਾਡੀ ਗੱਲਬਾਤ ਕੱਲ ਦੀ ਇਸ ਮੁੰਡੇ ਨਾਲ ਹੋਈ ਆ। ਇਹਦਾ ਨਾਮ ਆ ਮਾਰੀਓ। ਮਾਰੀਓ ਹਾਂ ਹੈਲੋ। ਇੱਥੇ ਬੁਰਸ਼ ਕਰਦਾ ਬਾਈ ਇਹ ਤੇ ਇੱਥੇ ਸਾਡੇ ਕੋਲ ਹੀ ਰਿਹਾ ਸੀ ਤੇ ਮਾਰੀਓ ਨਾਲ ਬਹੁਤ ਗੱਲਾਂ ਬਾਤਾਂ ਕੀਤੀਆਂ ਰਾਤ ਅਸੀਂ। ਮਾਰੀਓ ਹਾਊ ਮੈਨੀ ਇਅਰਸ ਓਲਡ ਆਰ ਯੂ? 17 ਓਕੇ ਡੂ ਬੁਰਸ਼ ਆਫਟਰ ਦੈਟ ਵੀ ਵਿਲ ਟਾਕ। ਇਹ ਮਾਰੀਓ ਆ ਦਾ ਨਾਮ ਬਾਈ ਦਾ। ਕੱਲ ਦੇ ਮਾਰੀਓ ਨਾਲ ਆ ਸੀ। ਮਾਰੀਓ ਮਾਰੀਓ ਕਿਤਨਾ ਪੜੇ ਹੋ ਆਪ? ਕਿਤਨਾ? 6th। ਅੱਛਾ ਮਾਰੀਓ ਨੇ ਸਾਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਇਸ ਝੀਲ ਬਾਰੇ। ਮਾਰੀਓ ਕਹਿੰਦਾ ਵੀ ਜਦੋਂ ਮੀਂਹ ਸ਼ੁਰੂ ਹੋ ਜਾਂਦੇ ਆ। ਮਾਰੀਓ ਬਰਸਾਤ ਕਦ ਸ਼ੁਰੂ ਹੋਤੀ ਹੈ ਜਹਾਂ ਪਰ? ਯੇ ਮਹੀਨਾ ਖਤਮ ਹੋ ਜਾਏਗਾ ਤਾਂ ਸ਼ੁਰੂ ਹੋ ਜਾਏਗਾ। ਕਿਉਂ? ਅਪ੍ਰੈਲ ਕੇ ਸ਼ੁਰੂ ਮੇਂ ਬਾਰਿਸ਼ ਸ਼ੁਰੂ ਹੋ ਜਾਏਗੀ ਤੋ ਤਬ ਜਹਾਂ ਪਰ ਬੋਟਿੰਗ ਹੋਤੀ ਹੈ? ਨਹੀਂ 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 ਕਲੋਸ। ਤੋ ਕੈਂਪਿੰਗ ਵਗੈਰਾ ਸਭ ਬੰਦ? ਬੰਦ ਸਭ ਬੰਦ। ਠੀਕ ਹੈ ਤੋ ਦੁਬਾਰਾ ਕਦ ਸ਼ੁਰੂ ਹੋਤੀ ਹੈ? 2-3 ਮਹੀਨੇ ਕੇ ਬਾਅਦ ਸ਼ੁਰੂ ਹੋ ਜਾਤੇ ਹੈ ਦਿਸੰਬਰ ਕਾ ਟਾਈਮ। ਠੀਕ ਹੈ। ਮਾਰੀਓ ਨੇ ਦੱਸਿਆ ਵੀ ਜਿਹੜਾ ਆਹ ਸਾਰਾ ਇਲਾਕਾ ਜਿਹੜਾ ਆਪਾਂ ਦੇਖੀ ਜਾਂਦੇ ਹਾਂ ਸਾਰੇ ਦਾ ਸਾਰਾ ਮਤਲਬ ਕਿ ਜਿਹੜੇ ਪੱਥਰ ਨੇ ਸਾਰੇ ਡੁੱਬ ਜਾਂਦੇ ਆ ਪਾਣੀ ਦੇ ਵਿੱਚ ਤੇ ਸਾਰੀ ਬੋਟਿੰਗ ਇੱਥੇ ਮੁਕੰਮਲ ਤੌਰ ਤੇ ਬੰਦ ਹੋ ਜਾਂਦੀ ਆ। ਫਿਰ ਦੁਬਾਰੇ ਚੱਲਦਾ ਕੰਮ। ਇਹ ਡੌਕੀ ਦਰਿਆ। ਹੁਣ ਆਪਾਂ ਚੱਲਦੇ ਹਾਂ। ਹੁਣ ਕਿੱਧਰ ਚੱਲੇ ਆ? ਕਹਾਂ ਪਰ ਚੱਲੇ ਹੈ? ਆਗੇ ਆਗੇ ਚਾਹ ਪੀਣ ਕੇ ਲਈ। ਚਾਹ ਛੜਾਉਂ ਉਡਾਉਂ ਬਣ। ਹਾਂ ਆਗੇ ਮੈਂ ਛੜਾਉਂ ਪੜਾਂਗੇ। ਛੜਾਉਂ ਪੜਾਂ ਤੇ ਯਾਰ ਨਾ ਵਾਲ ਟੇਡੇ ਛੜਾਉਂ ਪੜਾਂ। ਆਗੇ ਹੈ? ਹਾਂ ਆਗੇ ਹੈ। ਇਹ ਗਾਉ ਕੇ ਆਗੇ। ਠੀਕ ਹੈ ਠੀਕ ਹੈ ਚੱਲ ਫਿਰ। ਦਰਿਆ ਕਿਤੋਂ ਦੀ ਵੀ ਹੁਣ ਉੱਥੇ ਬਰੇਤੀ ਕੱਢੀ ਜਾਂਦੀ ਹੈ। ਇੱਥੇ ਆ ਬਾਈ ਅਰਗੇ ਭਰੀ ਜਾਂਦੇ ਆ। ਇੱਥੋਂ ਗੱਟੇ ਭਰੀ ਜਾਂਦੇ ਆ। ਇਹ ਗੱਟੇ ਭਰ ਕੇ ਬੇੜੀਆਂ 'ਚ ਲੱਦ ਕੇ ਉਹ ਪਰਲੇ ਪਾਸੇ ਲੈ ਜਾਂਦੇ ਆ। ਉੱਧਰ ਜਾ ਕੇ ਇਹ ਵੇਚਦੇ ਆ। ਡੂੰਘਾ ਗਾਂ ਜਾ ਕੇ ਉਹ ਪੱਥਰਾਂ ਤੋਂ ਪਰਲੇ ਪਾਸੇ ਡੂੰਘਾ ਹੋਊਗਾ। ਇੱਥੇ ਐਂ ਲਿਆਉਂਦੇ ਆ ਬਾਈ ਅਰਗੇ ਚੱਕ ਚੱਕ ਗੱਟੇ ਲੱਦਾ ਲਦਾਈ ਕਰਦੇ ਆ ਚੱਕ। ਔਰ ਰੱਸੀ ਬਣਾਈ ਹੋਈ ਆ ਸਿਰ 'ਤੇ ਰੱਖ ਲੈਂਦੇ ਆ ਉਹਨੂੰ ਅਤੇ ਉੱਧਰੋਂ ਗੱਟੇ ਨਾਲ ਪਾ ਲੈਂਦੇ ਆ। ਡੌਕੀ ਦਰਿਆ ਦੇ ਵਿੱਚ ਇਹੋ ਜਿਹੇ ਪੱਥਰ ਦਿਸਦੇ ਆ। ਐਂ ਲੱਗਦਾ ਵੀ ਜਿਵੇਂ ਉਹੀ ਪਏ ਹੁੰਦੇ ਆ ਹੈਗੇ ਇਹ ਪਾਣੀ ਦੇ ਵਿੱਚ ਨੇ। ਉਹ ਵੀ ਲਹਿਰਾਂ ਤੋਂ ਪਤਾ ਲੱਗਦਾ ਸਾਫ਼ ਇੰਨਾ ਨਾ ਪਾਣੀ ਇਹ ਅਤੇ ਉਹ ਬੇੜੀਆਂ ਆਈ ਜਾਂਦੀਆਂ ਨੇ। ਹਜੇ ਟੂਰਿਸਟ ਨਹੀਂ ਆਉਂਦੇ। ਟੂਰਿਸਟ ਆਉਣਗੇ ਦੁਪਹਿਰੋਂ ਬਾਅਦ ਚੱਲਦਾ ਕੰਮ। ਜਿਹੜੇ ਸ਼ਿਲੌਂਗੋਂ ਆਉਂਦੇ ਆ ਉਦੋਂ ਬਾਅਦ ਚੱਲਦੇ ਆ। ਹਮਾਰੇ ਜੋ ਕੜਾਹ ਹੋਤਾ ਨਾ ਵੋ ਖਾਣੇ ਵਾਲੀ ਚੀਜ਼ ਹੋਤਾ ਮਾਰੀਓ। ਕੌਨ ਸੇ ਵਾਲਾ ਹੋਤਾ ਹੈ ਵੋ ਪੰਜਾਬ ਆਓ ਕਭੀ ਖਿਲਾਏਂਗੇ। ਜੇ ਆਪਕਾ ਦੋਸਤ ਹੈ ਇਸਕਾ ਨਾਮ ਕੜਾਹ ਹੈ। ਹੈਂ ਠੀਕ ਹੈ ਇੱਥੇ ਮਤਲਬ ਕਿ ਸਾਹਮਣੇ ਜਿਵੇਂ ਬਲਦੇਵ ਬੇੜੀ 'ਚ ਬੈਠਾ ਤੇ ਪਤਾ ਨਹੀਂ ਲੱਗਦਾ ਵੀ ਬੇੜੀ ਕੀ ਹਿਸਾਬ ਕਿਤਾਬ ਆ ਕਿਉਂਕਿ ਇੰਨਾ ਸਾਫ਼ ਇਹ ਫਿਰ ਹਿਸਾਬ ਕਿਤਾਬ ਹੁੰਦਾ ਦੇਵ ਬਾਈ। ਅਸਲ 'ਚ ਉਹ ਬਾਈ ਸਹੀ ਬੈਠਾ ਨਾ ਤੁਸੀਂ ਦੋਵੇਂ ਪਿੱਛੇ ਹੋ ਗਏ ਡਾ ਪਿੱਛੇ ਹੋ ਗਈ ਜਾਂ ਤਾਂ ਉਹ ਗਾਂ ਹੁੰਦਾ ਤੂੰ ਬੰਗਲਾ ਦੇ ਟੱਪ ਜੀ ਮੁਰਗੀ। ਉਹ ਮੁੰਡੇ ਦਾ ਨਾਮ ਆ ਕੜਾ ਕੜਾ ਨੂੰ ਉਸਕਾ ਨਾਮ ਆ ਗਿਆ ਸਾਹਿਬ ਆ ਜਾ ਫਿਰ ये अभी बुनमैन है बोर्ड चढ़ाने टक्कर टक्कर मार दिया टक्कर तो बजता है इसको इसको घूम जाने दो फिर हम उस तरह चलेंगे। ਇਹਦੇ ਮਾਰੀਓ ਦੇ ਦੱਸਣ ਮੁਤਾਬਕ ਮਾਰੀਓ ਦੇ ਦੱਸਣ ਮੁਤਾਬਕ ਇੱਥੋਂ 20 ਕਿਲੋਮੀਟਰ 20 ਫੁੱਟ ਡੂੰਘੀ ਆ ਇਹ ਇੱਥੋਂ ਆਹ ਜਿਹੜੀ ਹੈਗੀ ਆ ਪਰ ਤਾਲੂਚਾ ਦੀ ਨਾ ਹੁੰਦਾ ਪਰ ਇਹ ਪੂਰਾ ਸਾਫ਼ ਆ ਪਾਣੀ ਇੱਥੋਂ ਤੱਕ ਸਾਰਾ ਕਿਤੇ। ਮਾਰੀਓ ਜੋ ਟਰੈਵਲਰ ਆ ਉਹ ਤਾਂ ਦੁਪਹਿਰ ਕੇ ਸਮੇਂ ਆਤੇ ਆ ਨਾ ਬਸ ਜਾਂ ਪਰ ਖਤਮ ਹੋ ਜਾਏਗੀ ਜੇ ਯਾਰ ਗਰਮੀ ਜ਼ਿਆਦਾ ਲੱਗਦਾ ਦੁਬਾਰੇ ਨਹਾਉਣਾ ਪਵੇਗਾ। ਜੰਪ ਕਰ ਜੇ ਚੱਪੂ ਚਲਾਉਣ ਦੇ ਬਾਈ ਇੱਕ ਖਾਸ ਤਕਨੀਕ ਤਰੀਕਾ ਹੁੰਦਾ। ਅਸੀਂ ਵੀ ਪੰਗਾ ਲਏ ਹਟੇ ਇਦੋਂ ਪਹਿਲਾਂ ਪਰ ਅਸੀਂ ਪੱਥਰਾਂ ਨਾਲ ਲਾਤੀਆਂ ਸੀ ਜਾ ਕੇ। ਐਸਲੋਡ ਚਲਾਉਂਦਾ ਬਾਈ ਇਹਨੂੰ ਪੰਜਾਬ ਦੇ ਜਿਹੜੇ ਪਹਿਲਾਂ ਦਰਿਆਈ ਸੀਗਾ ਸਾਰਾ ਮਾਹੌਲ ਉਦੋਂ ਲੋੜ ਪੈਂਦੀ ਸੀ। ਹੁਣ ਬੇੜੇ ਪੰਜਾਬ ਦੇ ਵਿੱਚ ਬਹੁਤ ਬਿਰਲੀਆਂ ਥਾਵਾਂ 'ਤੇ ਲੱਗਦੇ ਆ ਪਰ ਜਿਹੜੀਆਂ ਇਹੋ ਜਿਹੀਆਂ ਇਹਨਾਂ ਸਟੇਟਾਂ 'ਚ ਟੂਰਿਸਟ ਥਾਵਾਂ ਨੇ ਉੱਥੇ ਚੱਲਦਾ ਕੰਮ ਇਹ। ਹਾਂ 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 ਰੋਕ ਲਾ ਕਿਤੇ ਖਾਂਦੇ ਹਾਂ ਕੁਛ। ਇੱਧਰੋਂ ਪਾਣੀ ਆਉਂਦਾ ਡੌਕੀ ਦਰਿਆ ਦੇ ਵਿੱਚ। ਇਹ ਪਾਣੀ ਕਿਵੇਂ ਆਉਂਦਾ ਕੀ ਹਿਸਾਬ ਕਿਤਾਬ ਆ ਆਪਾਂ ਇਹ ਵੀ ਮਾਹੌਲ ਦੇਖਦੇ ਹਾਂ ਥੋੜ੍ਹਾ ਜਿਹਾ ਗਾਂਹ ਜਾ ਕੇ। ਪਰ ਉਦੋਂ ਪਹਿਲਾਂ ਕੁਛ ਖਾ ਪੀ ਲਈਏ ਕਿਉਂਕਿ ਭੁੱਖ ਲੱਗੀ ਹੋਈ ਆ ਅਤੇ ਸਵੇਰ ਦਾ ਕੁਛ ਨਹੀਂ ਖਾਧਾ ਇੱਥੇ ਖਾਣ ਨੂੰ ਕੁਛ ਮਿਲਦਾ ਵੀ ਨਹੀਂ।
आ फ्रिज है इन्हां दी, इहदे विच ठंडे पए आ सारे, बीयर दीआं बोतलां पईआं, सारा कुछ पत्थर ला के बना के फ्रिज बनाई हुई है। मारियो आ जाओ कुछ खा लो। नहीं नहीं आ जाओ आ जाओ आ जा सुने आ जा। बेड़ियां अपनियां पत्तनां ते ठलतीआं ते आ समान इहनां कोले इत्थे खाण पीण दा निक्की जी कंटीन बनी हुई आ, इहो जिहियां नाल दो तीन होर वी बणियां होईआं ते नाल इधर रंगारंग प्रोग्राम भी सारे रखी बैठे आ। आओ भाई इहदा करता धरता, क्या बना रहे हो, क्या बना, मैगी बना दे फिर सुनिया, बना दे फिर। जिवें डॉकी एक बहुत वड्डी टूरिस्ट जगह, पर इत्थे खाण पीण दे प्रबंध दे नां ते कोई बड़ी वड्डी चीज़ नहीं हैगी, बस मैगी मिलती है, वध तो वध ब्रैड आमलेट इहो जिहा कुछ हुंदा। ते चली जांदा रौनक मेला दुनिया का, उधरों आई जांदा पानी, इधर नूं वगी जांदा दरिया, दरिया डॉकी। हुण आपां उस पासे नूं तुरे जांदे आ जिधरों ये दरिया आउंदा, ते आ सुके सुके पत्थरां ते पैर धर के टप्पी जांदे आ, क्योंकि गिल्लियां ते तां तिलकण वाली होई पई, हरे वाई जमी हुई है। फोटोग्राफी इत्थे सारे पासे वड्डे पद्धर ते चली जांदा काम। चलो सार बस असी शिखर ते जाणा हुण, इधर आउंदा भाई दरिया, हे इधर नूं जांदा, परिवार इत्थे फोटोआं खिंच रहे आ। चको जी हुण आपां इत्थे कुछ नहीं बोलना, बस कुदरत बोलदी है इत्थे। आप पानी है जिन्हों कहते क्रिस्टल वाटर, साफ सुथरा, पत्थर पुत्थर भी देते हैं सारे, तो इधर अपने नाइस गोडे। इधरले पासे दो शहर रह जाते, एक पासे नू जवाई ते एक पासे नू शिलोंग। जिहड़ा ये दरिया ये शिलोंग ते जवाई वालों जिहड़ियां नदियां नाले निकलते झरने वगदे आ, उन्हां नू कट्ठे हो कट्ठे हो के अगे आके ये दरिया बनाउंदे आ डॉकी दरिया। इधर नूं वगदा जांदा इह बंगलादेश वल बढ़ जांदा। ਚਾਉਣੇ ਆਪਾਂ ਆ ਨਿੱਕੇ ਨਿੱਕੇ ਜਾਨਵਰ ਇੱਥੇ ਕੀ ਕਹਿੰਦੇ ਹੁੰਦੇ ਆ, ਕੁਛ ਨਾ ਕੁਛ ਹੈਗਾ ਇਹ, ਤੇ ਆ ਵਾਲ ਪੇਪਰ ਟੈਪ ਗੱਲਬਾਤ ਪੱਥਰ ਆ ਇਹ। ਇਹ ਇੱਕ ਕਮਾਲ ਦੀ ਗੱਲਬਾਤ ਆ, ਇਹ ਐਂ ਮਦਦ ਕਰ ਰਹੇ ਬਾਈ ਹੁਣੇ, ਤੇ ਜਿਵੇਂ ਜਿਵੇਂ ਦੁਪਹਿਰਾ ਹੋ ਰਿਹਾ ਤਿਉਂ ਤਿਉਂ ਇੱਥੇ ਟੂਰਿਸਟ ਵਧੀ ਜਾਂਦੇ ਆ, ਪੂਰਾ ਇਕੱਠ ਹੋ ਗਿਆ ਹੁਣ ਇੰਡੀਆ ਵਾਲਿਆਂ ਪਾਸੇ, ਇੰਡੀਆ ਵਾਲੇ ਪਾਸੇ ਦਾ ਸਾਰਾ ਇਕੱਠ ਵੱਠ ਇੱਕ ਥਾਂ 'ਤੇ ਜੁੜਦਾ, ਇੱਥੇ ਆ ਕੇ ਇੱਥੋਂ ਵਾਪਸ ਹੋ ਜਾਂਦੀਆਂ ਨੇ ਬੇੜੀਆਂ ਵਾਪਸ ਉੱਥੇ ਜਿੱਥੋਂ ਆਪਾਂ ਕੱਲ੍ਹ ਸ਼ਾਮੀ ਵੜੇ ਸੀ। ਅਤੇ ਆ ਇਹਨਾਂ ਦੀ ਫਰਿੱਜ ਇੱਕ ਵਾਰੀ ਫਿਰ ਦੇਖ ਲਈ ਆਪਾਂ। ਅੱਜ ਦਾ ਦਿਨ ਆ ਡੌਕੀ ਦਰਿਆ ਦੇ ਲੇਖੇ ਹੀ ਆ। ਹੁਣ ਆਪਾਂ ਇੱਥੋਂ ਵਾਪਸ ਚੱਲੇ ਹਾਂ ਉੱਧਰ ਨੂੰ ਬੰਗਲਾਦੇਸ਼ ਵੱਲ ਨੂੰ। कमाल है देव सिंह भाई, ये चीज है मूवमेंट्स ये कैप्चर करने वाली है डॉकी। ये शिखर आ जमा अपन शिखर ते ले आया भाई। जे आप है जे आप पानी की घुट भर के देखिए तां इहो जिहा है।
ਸਫਰਾਂ 'ਚ ਮਿਲਣ ਵਾਲੇ ਕੁਛ ਬੰਦੇ ਹਮੇਸ਼ਾ ਯਾਦ ਰਹਿੰਦੇ ਹੁੰਦੇ ਆ। ਸਾਨੂੰ ਲੱਦਾਖ ਵੱਲ ਸੋਨਮ ਗਿਆਲ ਟੱਕਰਿਆ ਸੀਗਾ ਅਤੇ ਉਸ ਤੋਂ ਬਾਅਦ ਹੋਰ ਬਹੁਤ ਸਾਰੇ ਮਿਲੇ ਆ। ਉਹਨਾਂ ਦੇ ਵਿੱਚੋਂ ਇੱਕ ਬਾਈ ਆ, ਇਹਦਾ ਨਾਮ ਆ ਮਾਰੀਓ। ਮਾਰੀਓ ਜਿਹੜੀ ਆਪਾਂ ਗੇਮ ਖੇਡਦੇ ਹੁੰਦੇ ਸੀ ਉਹੀ ਨਾਮ ਹੈ। ਮਾਰੀਓ ਮਾਰੀਓ ਖੇਲੀਏ ਕਾ ਵੀ, ਮਾਰੀਓ ਖੇਲੀਏ ਕਾ ਵੀ, ਮਾਰੀਓ ਗੇਮ ਹੋਤੀ ਹੈ ਜੋ ਨਹੀਂ ਜਾਣਤੇ। ਹਮਾਰੇ ਪਾਸ ਡੇਬ ਵੀ ਹੈ ਅਤੇ ਹੁਣ ਆਪਾਂ ਇੱਥੋਂ ਵਾਪਸ ਬਾਈ ਅਰਕੇ ਲੈ ਕੇ ਚੱਲੇ ਹਾਂ। ਆਪਾਂ ਨੂੰ ਪਾਣੀ ਇੱਥੋਂ ਡੂੰਘਾ ਪਰ ਪੂਰਾ ਸਾਫ਼ ਅਤੇ ਰੌਣਕਾਂ ਸੁੱਖ ਨਾਲ ਇੱਥੇ ਹੁਣ ਪੂਰੀਆਂ ਲੱਗੀਆਂ ਪਈਆਂ। ਕਿਵੇਂ ਆ ਬਾਈ, ਸੁੱਕ ਗਏ ਲੀੜੇ? ਧੁੱਪ ਬਹੁਤ ਤੇਜ਼ ਆ ਯਾਰ, ਹੈ ਨਾ? ਬੈਠ ਜਾ ਬੈਠ ਜਾ, ਚੱਕੀ ਨਾ ਜਾਵੇ, ਗਾਸੀ ਨਾ ਜਾਵੇ ਇੱਧਰੋਂ ਇਹ। ਮਾਰੀਓ ਮਾਰੀਓ ਤਰਾਕ ਆ ਪੂਰਾ, ਚੱਲ ਮਾਰੀਓ ਕਿੱਕ ਇਹ ਚੈੱਕ। ਸਾਡਾ ਤਾਂ ਮਲਾਹ ਡੁੱਬ ਗਿਆ ਓਏ, ਉਹ ਜਾਂਦਾ ਮੱਛੀ ਵਾਂਗੂ ਤੈਰਦਾ। ਆ ਜਾ ਸੁਣਿਆ, ਬੇੜੀ ਆਪਣੀ ਟਿਕਟ ਵਾਲੇ ਖਾਂਦੀ ਆ। ਆ ਜਾ ਮਾਰੀਓ, ਇੱਥੇ 20-20 ਫੁੱਟ ਹੈਗਾ ਬਾਬਾ ਜੀ। ਆ ਜਾ ਆ ਜਾ ਆ ਜਾ, ਸੁਣਿਆ ਇਹ ਲੈਂਦਾ ਸਵਿਮਿੰਗ ਪੂਲ ਵਾਲੀ ਪੂਰੀ ਫੀਲਿੰਗ। ਪਾਣੀ ਬਾਬਾ ਸੱਚੀ ਬਹੁਤ ਡੂੰਘਾ ਦੇਵੇ ਇੱਥੇ। ਆ ਜਾ ਮਾਰੀਓ ਆ ਜਾ, ਦਿਲ ਕੁਛ ਕਰਤਾ ਛੋਟੇ ਵੀਰ ਤੈਂ। ਕਿਵੇਂ ਆ, ਹੱਥ ਫੜਾ। ਆ ਜਾ ਮਾਰੀਓ ਦੇ ਦੱਸਣ ਮੁਤਾਬਕ ਇਹ ਬੇੜੀ ਦੀ ਕੀਮਤ 30,000 ਰੁਪਈਆ। 30,000 ਆ ਨਾ ਇਸਕੀ ਕੀਮਤ, 30,000। ਮਾਰੀਓ ਕਹਿੰਦਾ ਵੀ ਸਾਨੂੰ ਦਿਨ ਦੇ ਵਿੱਚ 2 ਗੇੜੇ ਅਲਾਊਡ ਹੁੰਦੇ ਆ ਅਤੇ ਸਾਰੇ ਜਿਹੜੇ ਆ ਕਿਸ਼ਤੀਆਂ ਨੇ ਇਹਨਾਂ ਦੇ ਲਾਇਸੈਂਸ ਬਣੇ ਹੋਏ ਆ ਡੱਲ ਝੀਲ ਦੇ ਬੇੜੀਆਂ ਵਾਂਗੂ, ਅਤੇ ਇੱਕ ਦਿਨ ਦੇ ਵਿੱਚ ਇੱਕ ਬੇੜੀ 2 ਗੇੜੇ ਲਾ ਸਕਦੀ ਆ। ਅਤੇ ਕਿਰਾਇਆ ਕਿੰਨਾ ਲੈਂਦੇ ਆ, ਇੱਕ ਆਦਮੀ ਦਾ ਕਿੰਨਾ ਰੁਪਇਆ ਪੈਸਾ ਲੈਂਦੇ ਹਾਂ? ਇੱਕ ਬੋਟ ਕਾ, ਇੱਕ ਬੋਟ ਦਾ 800 ਰੁਪਇਆ ਲੈਂਦੇ ਆ। ਬਸ ਇੱਕ ਬੋਟ ਦੇ ਵਿੱਚ 3 ਜਣੇ ਤੁਸੀਂ ਬਿਠਾ ਸਕਦੇ ਹੋ, 3 ਆਦਮੀ ਬਹਿੰਦੇ ਆ ਤੇ 800 ਰੁਪਇਆ ਲੈਂਦੇ ਆ। ਠੀਕ ਆ, ਖਰੀਦ ਦੇ ਮੇਰਾ ਵੀਰ। ਫਿਰ ਬਾਈ ਕਹਿੰਦਾ ਮੈਂ ਦੂਜਾ ਗੇੜਾ ਵੀ ਲਾਉਣਾ ਇਸ ਤੋਂ ਬਾਅਦ। ਹਾਂ ਵੱਧ ਬੈਠੇ ਆ ਜਿਹੜਾ ਉਹ ਸਾਹਮਣੇ ਪੁੱਲ ਦਿਸੀ ਜਾਂਦਾ, ਇਹ 1931 ਦਾ ਬਣਿਆ ਹੋਇਆ, ਕਹਿੰਦੇ ਅੰਗਰੇਜ਼ਾਂ ਨੇ ਬਣਾਇਆ ਸੀ, ਸਸਪੈਂਸ਼ਨ ਵਾਲਾ ਪੁੱਲ ਕਹਿੰਦੇ ਆ ਇਹਨੂੰ। ਕੱਲ੍ਹ ਆਪਾਂ ਇੱਥੋਂ ਦੀ ਟੱਪ ਕੇ ਆਏ ਸੀ ਅਤੇ 2 ਪਹਾੜਾਂ ਨੂੰ ਜੋੜਦਾ ਇਹ ਪੁੱਲ ਆ। ਇਹੀ ਪੁੱਲ ਆ ਜਿਹੜਾ ਇੱਥੋਂ ਰੋਡ ਇੱਕ ਜਵਾਈ ਨੂੰ ਚਲੀ ਜਾਂਦੀ ਆ, ਇੱਧਰਲਾ ਪਾਸਾ ਜਵਾਈ ਚਲਾ ਜਾਂਦਾ ਅਤੇ ਇੱਧਰਲਾ ਪਾਸਾ ਸ਼ਿਲੋਂਗ ਚਲਾ ਜਾਂਦਾ। ਪੁੱਲ ਦੇ ਥੱਲੇ ਲੰਘ ਰਹੇ ਹਾਂ ਆਪਾਂ, ਬਸ ਉਹ ਉੱਥੇ ਸਿਰੇ 'ਤੇ ਜਾ ਕੇ ਬੰਗਲਾਦੇਸ਼ ਸ਼ੁਰੂ ਹੋ ਜਾਂਦਾ, ਅੱਗੋਂ ਫਿਰ ਇਹ ਦਰਿਆ ਬੰਗਲਾਦੇਸ਼ ਦੇ ਵਿੱਚ ਦਾਖਲ ਹੋ ਜਾਂਦਾ। ਜਿਹੜੀਆਂ ਆਹ ਬੋਤਲਾਂ ਤਰਦੀਆਂ ਫਿਰਦੀਆਂ ਨਾਲ ਨਾਲ, ਇਹ ਮੱਛੀਆਂ ਦੇ ਜਾਲ ਵਿਛਾਏ ਹੋਏ ਆ। ਇਹੋ ਜਿਹੀਆਂ ਕਈ ਬੋਤਲਾਂ ਨੇ ਇੱਥੇ, ਅਤੇ ਉਹ ਇੱਕ ਛੋਟਾ ਫਿਸ਼ਿੰਗ ਕਰੀ ਵੀ ਜਾਂਦਾ, ਦੂਜੀ ਉਹਦੇ ਰਾਡ ਜੀ ਫੜੀ ਹੋਈ ਹੱਥ 'ਚ ਉਹਦੇ। ਆਹ ਬਾਈ ਹੁਣੀ ਛਾਵੇਂ ਬੇੜੀਆਂ ਠੱਲ ਕੇ ਅਤੇ ਰੈਸਟ ਕਰੀ ਜਾਂਦੇ, ਇੱਕ ਬੇੜੀ ਨੂੰ ਤਾਂ ਰੱਸਾ ਪਾਇਆ ਹੋਇਆ, ਬਾਕੀ ਉਹਦੇ ਨਾਲ ਫੜੀਆਂ ਹੋਈਆਂ ਨੇ, ਕਿਉਂਕਿ ਪਾਣੀ ਵਗਦਾ ਅਤੇ ਐਂ ਫਿਰ ਤਰਦੀਆਂ ਨਹੀਂ। ਇਹ ਬੈਠੇ ਆ ਕਿਹੜੀ ਵੀਰੇ, ਡਾਈਵਿੰਗ ਕਰਦੇ ਆ ਉਹ? ਡਾਈਵਰ ਆ ਇੱਥੇ, ਡਾਈਵਰ ਆ ਯਹਾਂ ਸੇ ਕਿਤਨਾ ਕਿਤਨਾ ਗਹਿਰਾ ਹੋਗਾ? 80 ਫੀਟ, 80 ਫੁੱਟ ਆ ਬਾਈ ਇੱਥੇ ਡਾਈਵਿੰਗ ਕਰੀ ਜਾਂਦੇ। ਡਾਈਵਿੰਗ ਨਹੀਂ ਕਰਦੇ ਹੁੰਦੇ ਦੇਵ, ਗੋਤਾਖੋਰ ਹੁੰਦੇ ਆ ਜਿਹੜੇ, ਗੋਤਾਖੋਰਾਂ ਵਾਲਾ ਕੰਮ ਹੈ। 2,000 ਪਰ ਹੈਡ ਲੈਤੇ ਹੈ? ਅੱਛਾ ਯਾਰ, ਬੇੜੀ 'ਚ ਉਤਰ ਕੇ ਅਤੇ ਆਪਾਂ ਉੱਥੇ ਉਸੇ ਥਾਂ 'ਤੇ ਪਹੁੰਚ ਗਏ ਜਿੱਥੋਂ ਕੱਲ੍ਹ ਸਫ਼ਰ ਸ਼ੁਰੂ ਕੀਤਾ ਸੀਗਾ ਇਹਦੇ ਵਿੱਚ, ਡੌਕੀ ਰੇਵਰ ਦੇ ਵਿੱਚ। ਉਹ ਸਾਹਮਣੇ ਜਿੰਨਾ ਵੀ ਹਜੂਮ ਦਿਸਦਾ, ਇਹ ਸਾਰੇ ਦਾ ਸਾਰਾ ਬੰਗਲਾਦੇਸ਼ ਦਾ, ਅਤੇ ਬੰਗਲਾਦੇਸ਼ ਵਾਲੇ ਪਾਸੇ ਪੂਰਾ ਖੱਦਾ ਪਈ ਜਾਂਦਾ, ਕਿਉਂਕਿ ਇੰਡੀਆ ਵਾਲੇ ਪਾਸੇ ਜਿੰਨੇ ਕੁ ਆਪਾਂ ਇਹ ਤੋਂ ਪਹਿਲਾਂ ਫਰੇਮ ਦੇ ਵਿੱਚ ਦੇਖਿਆ ਵੀਡੀਓ 'ਚ, ਬਸ ਉਨੇ ਕੁ ਲੋਕ ਜਾਂਦੇ ਆ। ਨਹੀਂ ਉਹ ਇੱਥੇ ਹੀ ਕਿਤੇ ਆ, ਉਹ ਤਾਂ ਪਤਾ ਨਹੀਂ, ਢਾਬੇ ਵਾਲੇ ਨੂੰ ਵੀ ਢਾਬੇ ਵਾਲੇ ਨੂੰ ਜਾਣਾ ਆਪਾਂ, ਦੇਣੇ ਪੈਸੇ। ਡਾਬਕੀ ਰਿਵਰ ਤਾਂ ਹੈਗਾ ਹੀ ਹੈਗਾ, ਨਾਲ ਇੱਕ ਨਿੱਕਾ ਜਿਹਾ ਸ਼ਹਿਰ ਵੀ ਹੈ ਡਾਬਕੀ ਡੌਕੀ। ਅਤੇ ਹੁਣ ਬਸ ਆਪਾਂ ਉਹਨਾਂ ਰਾਹਾਂ 'ਤੇ ਵਾਪਸ ਮੁੜਾਂਗੇ ਜਿਹੜੇ ਰਾਹਾਂ ਤੋਂ ਆਏ ਸੀ ਵੈਸਟ ਜੈਂਟੀਆ ਹਿਲਸ ਦੇ ਵਿੱਚ।
ਤੇ ਸ਼ਿਲੌਂਗ, ਫਿਰ ਹੌਲੀ 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 ਸ਼ਿਲੌਂਗ ਤੋਂ ਗੁਹਾਟੀ, ਫਿਰ ਅਗਲਾ ਪ੍ਰੋਗਰਾਮ ਦੇਖਦੇ ਹਾਂ। हाँ तो आप आए थे रिवर साइड? हाँ, क्योंकि मेरा दुकान है रिवर साइड। अच्छा, आपने हमें देखा था? हाँ, आप ठीक है, वो साइकिल मुझे दो। ओके, कुदा वीरे डाबकी दे बच्चे वीर हुनी मिले आ इन्हां दा, थोड़ा नाम की दसा तुसी? कमलेश, कमलेश हुनी भाई पुणे तो ने, ते पुणे तो पुणे सफर कर रहे, सारा इंडिया, इंडिया सारे का घेरा, सारिया स्टेटा इन्होंने कवर कर लिया, नॉर्थ ईस्ट दी सारिया स्टेटा कवर कर लिया। हुण वीर हुणी इत्थे शिलोंग, शिलोंग तो गुहाटी, गुहाटी तो कहिंदे असीं जिहड़ा साउथ इंडिया वाला पासा उधर दी होके इन्होंने वापस पुणे जाके आपदा सफर नबेड़ देना। आ इन्हां दा नक्शा बनिया होया है, इस रूट इन्होंने सफर किया। इधर पिया बई, तैनूं फड़ा नहीं दित्ता सी? ठीक है भाई कमलेश, बेस्ट ऑफ लक, आ सी दे भाई। थैंक यू वीरे, थैंक यू, थैंक यू। होपफुली विल सी यू समवेयर। यस श्योर। ये भाई होना ने आ सारा सफर, सारा सफर सिटी इत किया, सिटी डिलक्स से किया, हीरो हांडे वाले ते। ये भाई होनी कहते भी असं वर्क फ्रॉम होम करते हैं, शाम को 6 तो लैके सवेर के 4 बजे तक आई टी भाई काम करता, 4 बजे तो बाद सौ के 9-10 बजे उठ के उसके बाद साइकिल इतने बह जाते हैं मोटरसाइकिल से, तो दिन का 250-300 किलोमीटर सफर ये नबेड़ लेंगे। नाइस कमलेश, ओके वीरे, किते किते भी जाइए अपने बंदे आपां नूं मिल ही पैंदे आ, वीर होणी आ आए मिले आ, इह गुरदासपुर तों आ। ਕਿਹੜਾ ਕੀ ਨਾਮ ਵੀਰੇ ਆਪਣਾ? ਮੇਰਾ ਨਾਮ ਅਜੇ ਸਿੰਘ। ਪਿੰਡ ਦਾ ਡਾਕਰ ਆਪਰ ਲੱਗੇ? ਹਾਂਜੀ, ਗੁਰਦਾਸਪੁਰ ਭਾੜਸੋਆ ਲੱਗੇ। ਇੱਥੇ ਜੌਬ ਕੀ ਕਰਦੇ ਆਪਾਂ? ਇਹ ਬੈਂਕ ਦੀ ਕਰਦੇ ਆ, ਕਸਟਮਰਸ ਨੇ ਬਾਈ ਅਰਕੇ। ਚਲੋ ਵਧੀਆ ਲੱਗਿਆ, ਵੀਰ ਹੁਣੀ ਕਹਿੰਦੇ ਤੁਹਾਨੂੰ ਵੀਡੀਓ ਦੇਖਦੇ ਆ ਅਸੀਂ। ਮੈਂ ਫੇਰ ਰੋਟੀ ਪਾਣੀ ਖਵਾ ਲਾਂਗੇ ਤੁਹਾਨੂੰ। ਵਾਜ ਜਾਂਦੇ ਵਸਦੇ ਰਹੋ ਬਾਈ, ਤੁਹਾਡਾ ਹੀ ਹੈ ਸਾਰਾ ਕੁਝ। ਨਦੀ ਤੇ ਗਿਆ ਹੈ? ਕਿੱਧਰ? ਨਦੀ ਤੇ? ਹਾਂਜੀ। ਅੱਛਾ, ਮੈਨੂੰ ਪਤਾ ਨਹੀਂ ਲੱਗਾ ਸੀ। ਅਸੀਂ ਵੀਰੇ ਗਾਂ ਨਹੀਂ ਆਪਣੇ ਪਰਲੇ ਪਾਸੇ ਕੈਂਪ ਚ ਲਾਉਂਦੇ, ਅਸੀਂ ਉੱਧਰ ਸੀਗੇ। ਹਾਂ, ਮੈਂ ਵੇਖੀ ਤੁਹਾਡੀ ਕੱਲ ਵੀਡੀਓ। ਠੀਕ ਹੈ, ਠੀਕ ਹੈ। गलबात करिए इन्हां स्टेटां दे विच मुख तौर ते क्रिश्चन ने, जिहड़ा इलाका चीन नाल लगदा उह भला लद्दाख दा, भला भला दी उह अरुणाचल दा तमांग वाला इलाका है, उह सारे दा सारा बुद्ध धर्म नूं मंनदा है। जिहड़ा इलाका दूजा आ गया स्टेटा असाम आ जिहड़ा उह च हिंदूइज़म वधदा, जिहड़ा मिजोरम, त्रिपुरा, नागालैंड, मणिपुर ते होर जिहड़े आपां इधर मेघालय की गल कर लईए तां इधर सारे किते क्रिश्चन ने। सो इहो जी गलबात आ, तां ही करके इहनां दा थोड़ा सिस्टमैटिकली चंगे चलदे आ, पढ़न लिखण च भी सोहणा काम इहनां दा, क्योंकि क्रिश्चन स्कूल आ जिहड़े उह बाहरों हजे तक फंडिंग हुंदी आ उहनां नूं, ते उह चंगी तरह आपदे न्याणिआं नूं पढ़ाउंदे ने। सो गाइस, नाउ यू सी दिस, देयर इज़ अ डिनर इन द स्क्रीन। इन्हां दी वड्डी मंग है इस इलाके दे विच, इह पोर्क भी सारे सारे इलाके च ही खाए, सारे नॉर्थ ईस्ट च पोर्क चलता, सूर सूर तो थोनों दस्या भी घरे पालदे आ अपने, जिवें बकरा पाल लैंदे आ, बकरा वढ लैंदे आ, उसे तरह इहनां दा प्रोग्राम चलता। तो असाम दे विच तां कुक्कड़ आपां वड्डे पद्धर ते देखे आ। शिलोंग तो आपां 35-40 किलोमीटर दूर आ हुण, तो ज्यों ज्यों शिलोंग वल जाने त्यों त्यों ठंड वधदी आ। जिहड़े इलाके च आपां पहलां फिरदे सी डॉकी वाले च, जां मलौंग पिंड वाला, जां चिरापुंजी दा चलो ठीक ठाक सीगा, मलौंग वाला ते डॉकी वाला इलाका बिल्कुल गर्म सीगा, शिलोंग दे नेड़े नेड़े ठंड वध जांदी आ। गुरदासपुर दे भाई मिले आपां नूं इह, गुरदासपुर कहड़ा पिंड आ वीर होणा दा? आपणा जम्मू आ भाजी। जम्मू तों तुसीं? ठीक आ वीरे, ठीक आ, ठीक आ। ते उह खंडे वाला ट्रक दे भाई होणी कहिंदे वी चाह हजे पीती नहीं, कहते सुचा ही प्या गलास, तुसी बंड के पी लो। दिन डुब गया, हुण आपां रहण बहण दा टिकाणा लभी जाने आ, थोड़ी जिही उतराई करके सौखे आ। कोट जे कदे पै जांदे ते कदे लै जांदे आ, हुण चढ़ाई आ, मुड़का आ गया नाल दी नाल ही, हुण लाते इह। चलो भाई, पंप मिल गया एक, इत्थे करदे आ टिकाणा, हुण पुछदे आ इहनां नूं, थोड़ी जिही मंजूरी लैणी पैंदी हुंदी आ, फिर पैर धरावा कर ही लईदा। अज दी रात आ पंप ते ठार मिल गई, ते इहदे नाल ही राजस्थानी ढाबा, उत्थे जा के हुण रोटी खावांगे ते आ तंबू ला लिया, इत्थे पावांगे।
ਅੱਜ ਦੀ ਰਾਤ ਇੱਥੇ ਰੁਕਾਂਗੇ ਆਪਾਂ ਅਤੇ ਕੱਲ੍ਹ ਨੂੰ ਦੇਖਦੇ ਹਾਂ ਮਾਹੌਲ ਅਗਲਾ ਉਪੀਅਮ ਲੇਕ ਵੱਲ ਦੇਖਾਂਗੇ ਫਿਰ ਉਸ ਤੋਂ ਬਾਅਦ ਅਗਲਾ ਸਫ਼ਰ ਖਿੱਚਾਂਗੇ ਮਿਲਦੇ ਹਾਂ ਆਪਾਂ ਕੱਲ੍ਹ ਨੂੰ ਨਵੀਂ ਵੀਡੀਓ ਦੇ ਨਾਲ ਲਾਈਕ ਸ਼ੇਅਰ ਸਬਸਕ੍ਰਾਈਬ ਇਹ ਸਾਰਾ ਕੁਛ ਕਰਦੇ ਰਹੋ ਸਤਿ ਸ਼੍ਰੀ ਅਕਾਲ ਸਫ਼ਰਾਂ ਦੇ ਵਿੱਚ ਇਹੋ ਜਿਹੇ ਵੀਰ ਭਰਾ ਮਿਲਦੇ ਹੁੰਦੇ ਆ ਜਿਵੇਂ ਬਾਈ ਹੁਣਾਂ ਮਿਲੇ ਨੇ ਇਹਨਾਂ ਦਾ ਨਾਮ ਆ ਸੰਜੇ ਇਹ ਪੰਪ 'ਤੇ ਮੈਨੇਜਰ ਨੇ ਅਨੁਸਾਰ ਅਸੀਂ ਇਹਨਾਂ ਨੂੰ ਪੁੱਛਿਆ ਵੀ ਅਸੀਂ ਟੈਂਟ ਲਾ ਸਕਦੇ ਹਾਂ ਕਹਿੰਦੇ ਰੋਕ ਜੋ ਕੋਈ ਚੱਕਰ ਨਹੀਂ ਸਾਡੇ ਕੋਲ ਪੈਸੇ ਵੀ ਮੁੱਕੇ ਪਏ ਸੀ ਕੈਸ਼ ਅਤੇ ਇਹਨਾਂ ਨੂੰ ਕਿਹਾ ਵੀ ਪੈਸਿਆਂ ਦਾ ਹੱਲ ਕਰੀਏ ਕਹਿੰਦੇ ਕਾਰਡ ਫੜਾਓ ਤੁਹਾਨੂੰ ਤਾਂ ਪੈਸੇ ਦੇ ਦਿੰਦੇ ਹਾਂ ਸੋ ਆਪਕਾ ਬਹੁਤ ਬਹੁਤ ਧੰਨਵਾਦ ਸੰਜੇ ਮੈਨੇ ਪੰਜਾਬੀ ਮੈਂ ਆਪਕਾ ਇੰਟਰੋਡਿਊਸ ਕਰਾਇਆ ਆਪਣੇ ਲੋਕਾਂ ਕੇ ਸਾਥ ਹਲੋ ਮੈਂ ਸੰਜੇ ਮੈਂ ਰਾਜਸਥਾਨ ਸੇ ਹੂੰ ਔਰ ਯਹਾਂ ਪੈਟਰੋਲ ਪੰਪ ਪਰ ਰਹਿਤਾ ਹੂੰ ਔਰ ਭਾਈ ਯਹਾਂ ਪਰ ਆਏ ਹੈਂ ਘੁੰਮਨੇ ਕੇ ਲੀਏ ਤੋ ਇਨਕੀ ਵਿਵਸਥਾ ਕੇ ਲੀਏ ਮੈਨੇ ਬੋਲਾ ਵੀ ਹੈ ਭਾਈ ਆਪਣੇ ਪਾਸ ਰੂਮ ਹੈ ਉਸਮੇ ਰਹੋ ਤੋ ਇਹ ਬੋਲਤਾ ਨਹੀਂ ਬਾਹਰ ਮੈਂ ਥੋੜ੍ਹਾ ਠੰਡ ਮੈਂ ਅੱਛਾ ਹੈ ਹਾਂ ਇਹ ਵੀਰ ਹੁਣਾਂ ਨੇ ਸਾਨੂੰ ਇਹ ਵੀ ਗੱਲ ਕਹੀ ਵੀ ਸਾਡਾ ਕਮਰਾ ਇੱਕ ਵਿਹਲਾ ਪਿਆ ਤੁਸੀਂ ਇੱਥੇ ਰਹੋ ਜਿਵੇਂ ਆਪਾਂ ਪਿੱਛੇ ਵੀਡੀਓ ਦੇ ਕੁਝ ਗੱਲ ਕੀਤੀ ਸੀ ਵੀ ਜਿਹੜੇ ਰਾਜਸਥਾਨੀ ਵੀਰ ਭਰਾ ਨੇ ਉਹਨਾਂ ਦੇ ਇੱਥੇ ਢਾਬੇ ਵੀ ਨੇ ਅਤੇ ਉਹਨਾਂ ਦੇ ਪੰਪ ਵੀ ਆ ਅਤੇ ਉਹਨਾਂ ਦੀਆਂ ਕੁਝ ਫੈਕਟਰੀਆਂ ਵੀ ਆ ਸੋ ਉਹਨਾਂ 'ਚੋਂ ਇਹ ਵੀਰ ਹੋਣੀ ਸੀਗੇ ਅਤੇ ਹੁਣ ਇੱਥੇ ਲਿਟਾਂਗੇ ਬਸ